Them up, maybe only 20 pounds, no more. Exact 20 pounds, exact, very exact 20 pounds, yeah? ਬਾਦੂ ਅਭੀ ਪੌਂਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਆਪਾਂ ਬਾਹਰੇ ਆਏ ਸੀਗੇ ਗੱਡੀ ਧਵਾਉਣ ਹਨਾ ਗੱਡੀ ਬਹੁਤ ਜ਼ਿਆਦਾ ਗੰਦੀ ਪਈ ਆ ਜਿਹਦੇ ਦੀ ਲਈ ਆ ਟਾਈਮ ਨਹੀਂ ਲੱਗਾ ਬਿਲਕੁਲ ਵੀ ਸਾਫ਼ ਸਫਾਈ ਕਰਨ ਕਿਉਂਕਿ ਲੋਕਾਂ ਦੇ ਮੈਸੇਜ ਮੁਸੇਜ ਜ਼ਿਆਦਾ ਪਿੰਡਾਂ ਦੇ ਬਹੁਤ ਆ ਰਹੇ ਆ ਸਾਰੇ ਲੋਕ ਪੁੱਛ ਰਹੇ ਜਿੱਦਾਂ ਦੀ ਅਤੇ ਹੁਣ ਅੱਜ ਮਤਾ ਟਾਈਮ ਲੱਗਾ ਕਿ ਸਾਫ਼ ਕਰਾਉਣ ਦਾ ਗੱਡੀ ਤੁਹਾਨੂੰ ਮੈਂ ਦਿਖਾਉਣਾ ਵੀ ਕਿੰਨੀ ਕੁ ਗੰਦੀ ਪਈ ਆ ਬਾਹਰੋਂ ਹਨਾ ਕੀ ਹਿਸਾਬ ਕਿਤਾਬ ਆ ਦੇਖਿਓ ਬਹੁਤ ਜ਼ਿਆਦਾ ਸਿਸਟਮ ਹਲਿਆ ਪਿਆ ਯਾਰ ਗੱਡੀ ਦਾ ਪ੍ਰੋਪਰ ਗੰਦੀ ਹੋਈ ਪਈ ਯਾਰ ਫੁੱਲ ਵੀਲ ਵੂਲ ਕਿੰਨੇ ਗੰਦੇ ਆ ਆਹ ਕਾਰ ਵਾਸ਼ ਆ ਇੱਥੇ ਧੋਂਦੇ ਆ ਗੱਡੀਆਂ ਹਨਾ ਅਤੇ ਬਹੁਤ ਵਧੀਆ ਸਾਫ਼ ਕਰਦੇ ਆ ਗਿਆ ਮੈਂ ਇਹਨਾਂ ਕੋਲ ਆਉਣਾ ਜਦੋਂ ਆਉਣਾ ਪਹਿਲਾਂ ਮੇਰੇ ਕੋਲ ਪਹਿਲਾਂ ਗੱਡੀ ਹੁੰਦੀ ਉਦੋਂ ਦਾ ਮੈਂ ਇਹਨਾਂ ਕੋਲ ਆਉਣਾ ਜਦੋਂ ਸਾਢੇ ਕੁ 4-5 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਬਹੁਤ ਜ਼ਿਆਦਾ ਸਾਫ਼ ਸਫਾਈ ਕਰਦੇ ਆਗੇ ਆਹ ਦੇਖ ਲਓ ਆਲੇ ਦੁਆਲੇ ਕਿੱਦਾਂ ਦਾ ਹੈ ਨਾ ਕੀ ਹਿਸਾਬ ਕਿਤਾਬ ਆ ਕਿੱਦਾਂ ਦੇ ਹੈਗਾ ਘਰ ਘੋਰ ਦੇਖ ਲਓ ਆਹ ਫਲੈਟ ਨੇ ਇੱਥੇ ਅਤੇ ਬਾਕੀ ਜੀ ਮਿਲਦੇ ਹਾਂ ਨੈਕਸਟ ਸ਼ੋਟ ਦੇ ਵਿੱਚ ਹੈਨਾ ਜਿੱਦਾਂ ਵੀ ਹੋਇਆ ਮਿਲਦੇ ਹਾਂ ਨੈਕਸਟ ਸ਼ੋਟ ਦੇ ਵਿੱਚ ਦਿਖਾਉਂਦੇ ਹਾਂ ਤੁਹਾਨੂੰ ਕਲੀਨਿੰਗ ਉਸ ਤੋਂ ਬਾਅਦ ਸਾਫ਼ ਕਰਕੇ ਦਿਖਾਉਂਦੇ ਹਾਂ ਕਿੱਦਾਂ ਦੀ ਲੱਗਦੀ ਕਿੱਦਾਂ ਦੀ ਨਹੀਂ ਲੱਗਦੀ ਥੈਂਕ ਯੂ ਸਾਰਿਆਂ ਦਾ ਹਾਂਜੀ ਆ ਸਟਾਰਟ ਹੋ ਗਿਆ ਹੁਣ ਵਾਸ਼ਿੰਗ ਦੇਖ ਲਿਓ ਕਿੰਨਾ ਟਾਈਮ ਲੱਗਦਾ ਕਿੰਨਾ ਕੁ ਨਹੀਂ ਲੱਗਦਾ ਬਹੁਤ ਜ਼ਿਆਦਾ ਨਾਈਸ ਕਰਦੇ ਆ ਨਾ ਦੇਖਿਓ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਗੱਡੀਆਂ ਗੁੱਡੀਆਂ ਬਹੁਤ ਆਉਂਦੀਆਂ ਬਿਜ਼ੀ ਪ੍ਰੋਪਰ ਨੇ ਹਨਾ ਬੋਲੀ ਮਤਲਬ ਕਿ ਹੁਣ ਥੋੜ੍ਹਾ ਜਿਹਾ ਮੀਂਹ ਨੂੰ ਪੈ ਰਿਹਾ ਵੈਦਰ ਗੰਦਾ ਹੋਣ ਕਰਕੇ ਕੋਈ ਆ ਨਹੀਂ ਰਿਹਾ ਇੰਨਾ ਜ਼ਿਆਦਾ ਨੋਰਮਲੀ ਥੋੜ੍ਹੇ ਜਿਹੇ ਬਿਜ਼ੀ ਇੰਨੇ ਕੁ ਹੁੰਦੇ ਨੇ ਇਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ ਮਤਲਬ ਕਲੀਨ ਕਰਨਾ ਛੋਟੇ ਵੀਰ ਜਲਦੀ ਜਲਦੀ ਧੋ ਗੱਡੀ ਆਪਾਂ ਗੇੜੀ ਮਾਰਨ ਜਾਣਾ ਮੈਂ ਕਹਿੰਦਾ ਆਪੇ ਨਾ ਫੜ ਲਈਏ ਤੋਂ ਆਪ ਹੀ ਬਣਨਾ ਪੈਣਾ ਮਮਾ ਝੱਗ ਪਾ ਕੇ ਸਾਰੇ ਦੇਵਾਂਗੇ ਹੁਣ ਜੱਸੀ ਦੀਨਾ ਨਹੀਂ ਹੈ ਤੁਰਨਾ ਹਾਂਜੀ ਹੋ ਰਹੀ ਹੈ ਡਰਾਈ ਕਰ ਰਹੇ ਨੇ ਹੁਣ ਹਨਾ ਦੇਖ ਲਓ ਕਿੱਦਾਂ ਕੀ ਹਿਸਾਬ ਕਿਤਾਬ ਗੋਰੀ ਗੋਰੀ ਲੱਗਣ ਲੱਗ ਗਈਆਂ ਧਵਾ ਕੇ
ਤੁਹਾਨੂੰ ਨੈਕਸਟ ਸ਼ਾਟ ਦੇ ਵਿੱਚ ਦਿਖਾਉਣਾਗਾ ਵੀ ਜਿੱਦਾਂ ਸਾਫ ਹੋਈ ਤੋਂ ਬਾਅਦ ਪ੍ਰੋਪਰ। ਹਾਂਜੀ ਕਿੱਦਾਂ ਸਾਰੇ ਕੀ ਹਾਲ ਚਾਲ ਨੇ ਆਪਣਾ? ਵਾਸ਼ਿੰਗ ਤੇ ਡਰਾਈ ਹੋ ਗਿਆ, ਕੰਪਲੀਟ ਹੋ ਗਿਆ ਤੇ ਕੁੱਲ 5 ਪਾਉਂਡ ਲੱਗੇ ਨੇ ਨਾ। ਐਕਸਪੈਂਸਿਵ ਨਹੀਂ, ਕੁਛ ਵੀ ਨਹੀਂ ਹੈਗਾ, 5 ਪਾਉਂਡ ਕੁਛ ਨਹੀਂ ਹੈਗੇ। ਤੇ ਤੁਹਾਨੂੰ ਮੈਂ ਦਿਖਾਉਣ ਵਾਲੇ ਦਾਲੇ ਕਿੰਨੀ ਕੁ ਸਾਫ ਕੀਤੀ ਆ, ਬਹੁਤ ਜ਼ਿਆਦਾ ਪ੍ਰੋਪਰ ਸ਼ਾਈਨਿੰਗ ਕਰਦੀ ਆ ਨਾ। ਜੇ ਕਿਸੇ ਨੇ ਆਉਣਾ ਹੋਵੇ ਤਾਂ ਇੱਥੋਂ ਹੀ ਸਾਫ ਕਰਾਇਓ, ਬਹੁਤ ਜ਼ਿਆਦਾ ਵਧੀਆ ਕੇ ਕਲੀਨਿੰਗ ਕਰਦੇ ਆ। ਫੁੱਲੀ ਕਲੀਨ ਆ ਯਾਰ, ਥਿੰਕ ਲਾਈਕ ਕਿਤੇ ਵੀ ਸਟ੍ਰੈਚ, ਮਤਲਬ ਕਿ ਉਹ ਕੀ ਕਹਿੰਦੇ ਨੇ ਆਪਾਂ ਨੂੰ, ਡਾਇਟ ਨਹੀਂ ਹੈਗੀ ਕਿਤੇ, ਕੁਛ ਵੀ ਨਹੀਂ, ਨਥਿੰਗ ਐਟ ਆਲ, ਪ੍ਰੋਪਰਲੀ ਕਲੀਨ। ਫੁੱਲ ਸ਼ਾਈਨਿੰਗ ਬੇਬੀ। ਕਿੱਦਾਂ ਲੱਗਦੀ ਹੈ ਸਾਰੇ ਜਾਣੇ ਦੱਸਿਓ ਕਮੈਂਟ ਕਰਕੇ ਮੇਰਾ ਵੀਰ, ਹੈ ਨਾ। ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਦੇਖਣ ਲਈ ਜੋ ਵੀ ਆ ਨਾ। ਐਨੀਵੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ, ਥੈਂਕ ਯੂ ਸਾਰਿਆਂ ਦਾ।